ਦੋਸਤੋ ਇਸ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਆਪਾਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਵੱਖ ਵੱਖ ਸ਼ਹਿਰਾਂ ਦੇ ਵਿੱਚ, ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਕਿ ਜਿਹੜਾ ਹੈਗਾ ਇਹ ਸਮਝਿਆ ਜਾਂਦਾ ਕਿ ਨਸਲੀ ਵਿਤਕਰਾ ਖਾਸ ਕਰਕੇ ਜਿਹੜੀਆਂ ਉਹ ਘਟਨਾਵਾਂ ਨੇ ਉਹਦੇ ਨਾਲ ਸੰਬੰਧਿਤ ਨੇ, ਤਾਂ ਇਸ ਸੰਬੰਧ ਦੇ ਵਿੱਚ ਅੱਜ ਅਸੀਂ ਡਿਸਕਸ਼ਨ ਕਰਾਂਗੇ। ਅਤੇ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਹਰਨੇਕ ਮਠਾੜੂ ਜੀ, ਤੁਹਾਡਾ ਧੰਨਵਾਦ ਹੈ, ਅਤੇ ਨਾਲ ਡਾਕਟਰ ਪੀਅਰ ਕਾਲੀਆ ਜੀ, ਤੁਹਾਡਾ ਵੀ ਬਹੁਤ ਧੰਨਵਾਦ ਹੈ। ਸੋ ਹਰਨੇਕ ਜੀ, ਦੱਸੋ ਜਿਹੜਾ ਹੈਗਾ ਕਿ ਜਿਹੜੀਆਂ ਘਟਨਾਵਾਂ ਰੇਸਿਜ਼ਮ ਦੇ ਨਾਲ ਜੁੜੀਆਂ ਹੋਈਆਂ ਪਿੱਛੇ ਜੇ ਹੋਈਆਂ, ਤਾਂ ਉਹ ਵੱਖ ਵੱਖ ਜਿਹੜੀਆਂ ਘਟਨਾਵਾਂ ਨੇ ਕਿਹੜੀਆਂ ਕਿਹੜੀਆਂ ਹੋਈਆਂ, ਕਿੱਥੇ ਕਿੱਥੇ ਹੋਈਆਂ? ਦਲਵੀਰ ਜੀ, 4-5 ਘਟਨਾਵਾਂ ਪਿਛਲੇ 2-2.5 ਮਹੀਨੇ ਦੇ ਵਿੱਚ ਆਪਣੇ ਸਾਹਮਣੇ ਆਈਆਂ। ਉਹਨਾਂ ਵਿੱਚ ਇੱਕ ਤਾਂ ਜਿਹੜੀ ਸਭ ਤੋਂ ਪਹਿਲਾਂ ਆਈ ਸੀ, ਯੂਨੀਵਰਸਿਟੀ ਆਫ ਅਲਬਰਟਾ ਦੇ ਵਿੱਚ ਇੱਕ ਪਗੜੀਧਾਰੀ ਸਿੱਖ ਨੌਜਵਾਨ ਦੀ ਫੋਟੋ ਦਾੜੀ ਵਾਲੇ ਦੀ ਲਾ ਕੇ ਉਹਦੇ 'ਤੇ ਬੜੀ ਭੱਦੀ ਸ਼ਰਧਾਂਜਲੀ ਲਿਖੀ ਸੀ। ਤਾਂ ਉਸ ਤੋਂ ਬਾਅਦ ਉਸੇ ਤਰ੍ਹਾਂ ਦੀ ਇੱਕ ਘਟਨਾ ਹੋਈ ਸੀ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ। ਉਸ ਤੋਂ ਬਾਅਦ ਘਟਨਾਵਾਂ ਹੋਈ ਇੱਥੇ ਅਲਬਰਟਾ ਦੀ ਇੱਕ ਛੋਟੀ ਜਿਹੀ ਕਮਿਊਨਿਟੀ ਹੈ ਨੌਰਥ ਵੱਲ, ਬੈਸ਼ਾ ਦੇ ਵਿੱਚ ਇੱਕ ਆਪਣਾ ਸਿੱਖ ਪਰਿਵਾਰ ਦਾ ਮੋਟਲ ਸੀ, ਮੋਟਲ ਨੂੰ ਅੱਗ ਲੱਗੀ, ਉਹਦੇ ਵਿੱਚ ਇੱਕ ਡੈਥ ਹੋਈ। ਤਾਂ ਉਸ ਤੋਂ ਬਾਅਦ ਪਿਛਲੇ ਦਿਨੀ ਐਬਰਸਫੋਰਡ BC ਦੇ ਵਿੱਚ ਵੀ ਇੱਕ ਪਾਰਕਿੰਗ ਲੋਟ ਦੇ ਵਿੱਚ ਇੱਦਾਂ ਦੀ ਘਟਨਾ ਆਈ, ਜਿੱਥੇ ਇੱਕ ਕੌਕੇਸ਼ੀਅਨ ਮੇਲ ਨੇ ਇੱਕ ਪਾਰਕਿੰਗ ਦਾ ਅਟੈਂਡੈਂਟ ਸੀ ਜਿਹੜਾ ਟਿਕਟ ਦੇਣ ਲੱਗਿਆ ਸੀ, ਫਾਈਨ ਕਰ ਰਿਹਾ ਸੀ, ਅਤੇ ਦੂਜਾ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਨੂੰ ਕਾਫੀ ਹੋਈ, ਤਾਂ ਉਹਨੇ ਜਿਹੜੀ ਸ਼ਬਦਾਵਲੀ ਵਰਤੀ ਹੈ ਕਾਫੀ ਭੱਦੀ ਵਰਤੀ ਹੈ। ਇੱਕ ਅੱਛਾ ਪਿਛਲੇ ਦਿਨ ਹੀ ਆ ਪਿਛਲੇ ਹਫ਼ਤੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਪਣੇ ਪੰਜਾਬੀ ਮੂਲ ਦੇ 29 ਸਾਲਾ ਨੌਜਵਾਨ ਨੂੰ ਜਿਉਂਦੇ ਨੂੰ ਅੱਗ ਲਾ ਕੇ ਮਾਰ ਦਿੱਤਾ ਗਿਆ। ਤਾਂ ਇਹ ਸਾਰੀਆਂ ਘਟਨਾਵਾਂ ਕਿਸੇ ਨਾ ਕਿਸੇ ਤਰ੍ਹਾਂ ਉਸ ਗੱਲ ਵੱਲ ਇਸ਼ਾਰਾ ਕਰਦੀਆਂ ਹੈਗੀਆਂ ਵੀ ਸਾਡੇ ਸਮਾਜ ਦੇ ਵਿੱਚ ਜਿਹੜੀ ਤਸੱਲੀ ਆ ਰਹੀ ਹੈਗੀ ਉਹਦੇ ਵਿੱਚੋਂ ਇੱਦਾਂ ਦੇ ਲੋਕਾਂ ਦੀ ਸੋਚਣ ਵਾਲਿਆਂ ਨੂੰ ਫਿਰ ਬੜਾਵਾ ਮਿਲ ਰਿਹਾ। ਕਾਲੀ ਸਾਹਿਬ, ਜਿਹੜਾ ਹੈਗਾ ਜਿਵੇਂ ਜਿਹੜਾ ਨਸਲੀ ਵਿਤਕਰਾ ਇਹ ਕੋਈ ਨਵਾਂ ਨਹੀਂ ਹੈ, ਬੜਾ ਪੁਰਾਣਾ ਹੈ, ਸਦੀਆਂ ਤੋਂ ਚੱਲਦਾ ਆ ਰਿਹਾ। ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਇਹ ਜਿਹੜੀ ਰੇਸਿਜ਼ਮ ਆ ਇਹਦੀਆਂ ਤਹਿਆਂ ਕਿੱਥੇ ਨੇ, ਕਿੱਥੋਂ ਜਿਹੜਾ ਹੈਗਾ ਵੀ ਹੁਣ ਜਿਹੜੀ ਰੀਸੈਂਟ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ? ਇਸ ਤਰ੍ਹਾਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਖਾਸ ਕਰ 2 ਯੂਨੀਵਰਸਿਟੀਆਂ ਦੇ ਵਿੱਚ ਹੋਇਆ, ਠੀਕ ਹੈ, ਕੈਲਗਰੀ ਔਰ ਅਲਬਰਟਾ ਦੀ ਯੂਨੀਵਰਸਿਟੀ 'ਚ ਅਤੇ ਐਡਮਿੰਟਨ 'ਚ, ਵੀ ਉੱਥੇ ਲਿਖਿਆ ਕਿਆ ਗਿਆ? ਬਿਲਕੁਲ, ਉੱਥੇ ਉਹ ਤੁਹਾਡੀ ਜਿਹੜੇ ਕਲਚਰਲ ਸਿੰਬਲਸ ਹੈ ਉਹਨਾਂ ਨੂੰ ਕੰਡੈਮ ਕਰ ਰਹੇ ਹਨ। ਪੱਗ ਨੂੰ ਕੰਡੈਮ ਕੀਤਾ, ਇੱਥੇ ਪੱਗ ਨੂੰ ਕੰਡੈਮ ਕੀਤਾ, ਕੈਲਗਰੀ ਵਿੱਚ ਮੁਸਲਮਾਨਾਂ ਨੂੰ ਕਿਹਾ, ਔਰ ਕੁਰਾਨ ਸ਼ਰੀਫ ਦੇ ਬਾਰੇ ਗਲਤ ਸ਼ਬਦ ਯੂਜ਼ ਕੀਤੇ ਗਏ ਹੈ। ਲੇਕਿਨ ਚੰਗੀ ਗੱਲ ਇਹ ਹੈ, ਮੈਨੂੰ ਬਹੁਤ ਅੱਛੀ ਲੱਗੀ ਜਿਹੜੀ ਕਿ ਦੋਨੋਂ ਯੂਨੀਵਰਸਿਟੀਆਂ 'ਚ ਜਿਹੜਾ ਸਟੂਡੈਂਟ ਯੂਨੀਅਨ ਦੇ ਪ੍ਰੈਜੀਡੈਂਟ ਹੈ ਦੇ ਆਰ ਮੁਸਲਿਮ ਯੰਗ ਮੈਨ। ਅੱਛਾ, ਇਸਦਾ ਮਤਲਬ ਹੈ ਕਿ ਜਿਹੜਾ ਯੂਥ ਹੈ ਉੱਥੇ ਐਕਸੈਪਟ ਕਰ ਰਿਹਾ, ਉਹਦੇ ਵਾਸਤੇ ਰਿਲੀਜਨ ਦੀ ਕੋਈ ਵਿੱਚ ਅੜਚਨ ਨਹੀਂ ਹੈ, ਠੀਕ ਹੈ ਜੀ। ਲੇਕਿਨ ਜਿਹੜੇ ਇਹਦੇ ਬੈਕ 'ਤੇ ਜਿਹਨੂੰ ਆਪਾਂ ਨਸਲਵਾਦ ਕਹਿੰਦੇ ਹਾਂ, ਇਹਦੇ ਮੂਲ 'ਚ ਵੀ ਧਰਮ ਹੁੰਦਾ, ਠੀਕ ਹੈ। ਲੇਕਿਨ ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ, ਆਪਾਂ ਕਹਿੰਦੇ ਹਾਂ ਕਿ ਆ ਹਿੰਦੂ ਸਟੂਡੈਂਟ ਯੂਨੀਅਨ, ਆ ਸਿੱਖ ਸਟੂਡੈਂਟ ਯੂਨੀਅਨ, ਇਹ ਇਸਲਾਮਿਕ ਸਟੂਡੈਂਟ ਯੂਨੀਅਨ, ਇਹ ਵੀ ਇੱਕ ਕਿਸਮ ਦਾ ਨਸਲਵਾਦ ਨੂੰ ਦੇ ਬੀਜ ਹੈ ਜਿਹੜੇ ਅਸੀਂ ਬੋ ਰਹੇ ਹਾਂ। ਤੁਸੀਂ ਜ਼ਿਆਦਾ ਹੀ ਬਣਾਉਣੀ ਹੈ ਤੁਸੀਂ ਡਾਕਟਰ ਸਾਹਿਬ, ਇਹ ਨਹੀਂ ਹੈਗਾ ਕਿ ਜਿਹੜਾ ਜੇ ਤੁਸੀਂ ਜਿਵੇਂ ਜਿਹੜੀ ਆਈਡੈਂਟੀਫਿਕੇਸ਼ਨ ਆ ਵੀ ਜਿਵੇਂ ਇਮੀਗ੍ਰੈਂਟਸ ਲੋਕ ਇੱਥੇ ਆਏ ਉਹ ਆਪਣਾ ਧਰਮ ਵੀ ਨਾਲ ਲੈ ਕੇ ਆਏ, ਠੀਕ ਹੈ ਜੀ, ਆਪਣੀਆਂ ਕਲਚਰਲ ਵੈਲਿਊਜ਼ ਵੀ ਨਾਲ ਲੈ ਕੇ ਆਏ, ਤਾਂ ਉਹ ਆਪਣੀ ਜਿਹੜੀ ਉਹਨਾਂ ਦੀ ਫਿਜ਼ੀਕਲ ਆਈਡੈਂਟੀਟੀ ਹੈਗੀ ਆ, ਜਾਂ ਉਹ ਧਰਮ ਦੇ ਵਿੱਚੋਂ ਲੱਭਦੇ ਆ, ਜਿਵੇਂ ਤੁਸੀਂ ਕਿਹਾ ਵੀ ਹਿੰਦੂ ਸਟੂਡੈਂਟ ਯੂਨੀਅਨ ਜਾਂ ਸਿੱਖ ਸਟੂਡੈਂਟ ਯੂਨੀਅਨ ਜਾਂ ਮੁਸਲਿਮ ਸਟੂਡੈਂਟ ਯੂਨੀਅਨ, ਰਾਈਟ, ਜਾਂ ਤਾਂ ਉਹ ਧਰਮ ਦੇ ਵਿੱਚੋਂ ਲੱਭਦੇ ਆ ਜਾਂ ਜਿਹੜਾ ਹੈਗਾ ਉਹ ਆਪਣੇ ਕਲਚਰ ਦੇ ਵਿੱਚੋਂ ਲੱਭਦੇ ਆ। ਹਾਂਜੀ, ਜਿਵੇਂ ਹੁਣ ਖਾਸ ਕਰ ਕਿਹੜਾ ਹੈਗਾ, ਪੰਜਾਬੀ ਸਟੂਡੈਂਟ ਯੂਨੀਅਨ ਨਹੀਂ ਬਣੀ, ਹੋ ਸਕਦਾ ਕਿਤੇ, ਪਰ ਸਿੱਖ ਸਟੂਡੈਂਟ ਯੂਨੀਅਨ ਬਣੀ ਹੋਈ ਆ। ਜਿਹੜੀਆਂ ਆਈਡੈਂਟੀਫਾਈ ਕਰਨਾ ਰਿਲੀਜਨ ਦੇ ਨਾਲ ਤੁਸੀਂ ਕਹਿੰਦੇ ਹੈਗੇ ਹੋ, ਇਹ ਜਿਹੜਾ ਹੈਗਾ ਵੀ ਇਹ ਰੇਸਿਜ਼ਮ ਵੱਲੋਂ ਜਾ ਰਹੀ ਕਹਾਣੀ ਜਿਹੜੀ? ਬਿਲਕੁਲ, ਇਹ ਸਾਡੀ ਜਿਹੜੀ ਸੋਚ ਜਿਹੜੀ ਹੈਗੀ ਹੈ ਨਾ, ਜਦ ਅਸੀਂ ਧਰਮ ਬੇਸਡ ਕਿਸੇ ਚੀਜ਼ 'ਚੋਂ ਕੋਈ ਚੀਜ਼ ਨਿਕਾਲਦੇ ਹਾਂ ਤਾਂ ਤੁਸੀਂ ਉਹਦੇ ਮੂਲ ਨੂੰ ਕਿਸ ਤਰ੍ਹਾਂ ਭੁਲਾ ਸਕਣਾ ਚਾਹੀਦਾ। ਲੇਕਿਨ ਮੈਂ ਇੱਥੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਇਹ ਜਿਹੜੀ ਰੇਸਿਜ਼ਮ ਹੈ ਇਹ ਕੋਈ ਇਹ ਨਹੀਂ ਹੈ ਕਿ ਅੱਜ ਜਾਂ ਕੱਲ੍ਹ ਦੀ ਪੈਦਾ ਹੋਈ ਵੀ ਹੈ। ਤੁਹਾਨੂੰ ਯਾਦ ਹੈ ਕਿ 1914 ਦੇ ਵਿੱਚ ਜਦੋਂ ਹਿੰਦੁਸਤਾਨ ਤੋਂ 329 ਮੁਸਾਫਰ ਕਾਮਾਗਾਟਾ ਆਪਣੇ ਜਹਾਜ਼ 'ਚ ਆਏ ਕਾਮਾਗਾਟਾ ਮਾਰੂ 'ਚ, ਤਾਂ ਜਿਸ ਢੰਗ ਨਾਲ ਪ੍ਰਾਈਮ ਮਿਨਿਸਟਰ, ਉਸ ਵਕਤ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ 'ਚ ਕਿਹਾ ਕਿ ਬਈ ਅਸੀਂ ਇਹਨਾਂ ਨੂੰ ਇੱਥੇ ਰੱਖਣਾ ਨਹੀਂ ਹੈ ਕਿਉਂਕਿ ਅਸੀਂ ਜਿਹੜਾ ਕੈਨੇਡਾ ਹੈ ਉਹਨੂੰ ਇੱਕ ਵਾਈਟ ਮੈਨਜ਼ ਲੈਂਡ ਬਣਾਉਣਾ ਚਾਹੁੰਦੇ ਹਾਂ, ਅਤੇ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ 2 ਮਹੀਨੇ ਉੱਥੇ ਖਰਾਬ ਹੋਣ ਤੋਂ ਬਾਅਦ ਵਾਪਸ ਹੋਣਾ ਪਿਆ। ਅਤੇ ਆਪਾਂ ਜਾਣਦੇ ਹੀ ਹਾਂ ਕਿ ਉੱਥੇ ਜਦ ਪਹੁੰਚੇ ਤਾਂ ਕੋਲੋਨਾਈਜ਼ ਜਿਹੜੇ ਸੀ ਉਹਨਾਂ ਨੇ ਉਹਨਾਂ 'ਚੋਂ 19 ਨੂੰ ਆਪਣਾ ਗੋਲੀ ਦਾ ਸ਼ਿਕਾਰ ਬਣਾ ਦਿੱਤਾ। ਹਾਂਜੀ, ਅਤੇ ਮਠਾੜ ਸਾਹਿਬ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਜਿਵੇਂ ਇਹਨਾਂ ਨੇ ਗੱਲ ਕੀਤੀ ਆ
ਵੀ ਜਿਵੇਂ ਹੁਣ ਜਿਹੜੀ ਰੇਸਿਜ਼ਮ ਖਾਸ ਕਰਕੇ ਜਿਹੜੀਆਂ ਇੰਸੀਡੈਂਟਸ ਹੋ ਰਹੀਆਂ ਉਹ ਅਸੀਂ ਜਿਹੜਾ ਜਿਹੜੇ ਜਿਹੜੀਆਂ ਰਿਲੇਟਡ ਨੇ, ਕਿਉਂਕਿ ਕਈਆਂ ਤਾਂ ਇਹ ਨਹੀਂ ਪਤਾ ਵੀ ਪੋਸਟਰ ਕਿਹਨੇ ਲਾਇਆ, ਹੋ ਸਕਦਾ ਵੀ ਕੋਈ ਕੋਈ ਇਸ ਕਿਸਮ ਦੀ ਕੋਈ ਜਿਹੜੀ ਛੇੜਖਾਨੀ ਸਮਾਜ ਦੇ ਵਿੱਚ ਕਰਨੀ ਚਾਹੁੰਦਾ, ਕੋਈ ਗੰਦਾ ਆਂਸਰ ਹੈ, ਜਾਂ ਜਿਹੜਾ ਹੈਗਾ ਵੀ ਜਿਹੜਾ ਕੋਈ ਮੇਨ ਭਾਈਚਾਰੇ ਦੇ ਵਿੱਚੋਂ ਹੈ। ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹਦੇ ਹੋਰ ਕੀ ਕਾਰਨ ਹੋ ਸਕਦੇ? ਦੇਖੋ ਜਿਹੜਾ ਅੱਜ ਦੀ ਇਕਾਨਮੀ ਆ, ਜਾਂ ਦੇਖੋ ਅਲਬਰਟਾ ਦੀ ਜਿਹੜੀ ਇਕਾਨਮੀ ਹੈਗੀ, ਇਹ ਵੀ ਇੱਕ ਫੈਕਟਰ ਹੈ ਇਸ ਚੀਜ਼ ਦੇ ਵਿੱਚ। ਠੀਕ ਹੈ, ਜਦੋਂ ਇਕਾਨਮੀ ਡਾਊਨ ਹੋ ਜਾਂਦੀ ਹੈਗੀ ਤਾਂ ਨੈਚੁਰਲੀ ਉਹ ਲੋਕ ਜਿਨ੍ਹਾਂ ਨੂੰ ਉਸ ਇਕਾਨਮੀ ਦੇ ਵਿੱਚੋਂ ਫਿਰ ਬੈਨੀਫਿਟ ਨਹੀਂ ਮਿਲਦਾ ਹੈ, ਜੋਬਸ ਤੋਂ ਲੇਅ ਆਫ ਹੋ ਚੁੱਕੀ ਹੁੰਦੀ ਹੈ, ਉਹਨਾਂ ਨੂੰ ਫਿਰ ਇੱਦਾਂ ਲੱਗਣ ਲੱਗ ਜਾਂਦਾ ਹੈਗਾ ਵੀ ਇਹ ਜਿਹੜੇ ਦੂਜੇ ਆਏ, ਜਿਹੜੇ ਜਿਨ੍ਹਾਂ ਦਾ ਮੇਰੇ ਵਾਲਾ ਧਰਮ ਨਹੀਂ, ਮੇਰੇ ਵਰਗੇ ਦੇਖਣ ਨੂੰ ਨਹੀਂ ਹੈ, ਜਿਹੜੇ ਮੇਰੇ ਵਰਗਾ ਕਲਚਰ ਨਹੀਂ ਜਿਨ੍ਹਾਂ ਦਾ, ਸ਼ਾਇਦ ਇਹ ਬੰਦੇ ਇੱਥੇ ਨਾ ਹੁੰਦੇ ਤਾਂ ਮੇਰੀ ਇਹ ਪੁਜੀਸ਼ਨ ਨਾ ਹੁੰਦੀ। ਅਤੇ ਬਾਕੀ ਆਪਣਾ ਜਿਹੜਾ ਪਿਛਲੇ ਸਾਲ ਦੇ ਵਿੱਚ, ਸਾਲ ਪਹਿਲਾਂ ਜਿਹੜੀਆਂ ਇੱਥੇ ਇਲੈਕਸ਼ਨਾਂ ਹੋਈਆਂ ਹੈਗੀਆਂ, 20 ਪੰਜਾਬੀ ਮੂਲ ਦੇ ਐਮ ਪੀ ਬਣੇ ਹੈਗੇ, 4 ਆਪਣੇ ਪੰਜਾਬੀ ਮੂਲ ਦੇ ਮਿਨਿਸਟਰ ਬਣੇ ਹੈਗੇ, 2 ਉਹਨਾਂ ਵਿੱਚੋਂ ਪਗੜੀਧਾਰੀ ਮੰਤਰੀ ਹੈਗੇ। ਦੇਖੋ ਬੇਸ਼ੱਕ ਆਪਣੀ ਸੋਸਾਇਟੀ ਨੂੰ ਜਿਹੜਾ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਹੈਗਾ, ਪੋਲੀਟੀਕਲ ਲੀਡਰ ਹੈਗੇ, ਉਹ ਚੰਗੇ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਮੈਜੋਰਟੀ ਲੋਕ ਜਿਹੜੇ ਹੈਗੇ ਤਕਰੀਬਨ, ਪਰ ਮੈਜੋਰਟੀ ਲੋਕ ਜਿਹੜੇ ਹੈਗੇ ਇਹਦਾ ਮਤਲਬ ਇਹ ਨਹੀਂ ਵੀ ਸੋਸਾਇਟੀ ਉੱਥੇ ਪਹੁੰਚ ਚੁੱਕੀ ਹੈ। ਸੋਸਾਇਟੀ ਜਿਹੜੀ ਹੈਗੀ ਉਹ ਹਾਲੇ ਉਸ ਚੀਜ਼ ਲਈ ਪੂਰੀ ਤਿਆਰ ਨਹੀਂ ਹੈ, ਇਸ ਕਰਕੇ ਇਹ ਘਟਨਾਵਾਂ ਜਿਹੜੀਆਂ ਐਕਸੈਪਟੇਬਿਲਟੀ ਵਧਾ ਦਿੰਦੀਆਂ। ਇਹਦੇ ਵਿੱਚ ਸਾਨੂੰ ਇਹ ਦੇਖਣਾ ਹੁੰਦਾ ਵੀ ਸਾਡਾ ਆਪਣਾ ਰੋਲ ਕੀ ਹੈ, ਆਪਣੀ ਕਮਿਊਨਿਟੀ ਦਾ ਰੋਲ ਕੀ ਹੈ, ਅਸੀਂ ਆਪਣੀ ਉਹ ਜਿਹੜੀ ਨਵੀਆਂ ਜ਼ਿੰਮੇਵਾਰੀਆਂ ਸਾਡੇ ਤੇ ਪਾ ਦਿੱਤੀਆਂ ਗਈਆਂ, ਨਵੀਂ ਅਥਾਰਟੀ, ਨਵੀਂ ਪੋਜੀਸ਼ਨਾਂ ਮਿਲ ਚੁੱਕੀਆਂ ਹੈਗੀਆਂ। ਨਹੀਂ ਸਹੀ ਹੈ ਤੁਹਾਡੀ ਗੱਲ, ਲੇਕਿਨ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਵੀ ਜਿਹੜੀ ਆਰਥਿਕਤਾ ਉਹ ਸਭ ਤੋਂ ਬੜਾ ਫੈਕਟਰ ਹੈ। ਹਾਂਜੀ ਠੀਕ ਹੈ, ਬੇਸ਼ੱਕ ਉਹ ਥਰੂ ਇਨੀਸ਼ੀਏਟ ਕਰਦੇ ਆ ਸਟੈਪ ਨੂੰ। ਤੁਸੀਂ ਦੇਖੋ ਕਿ 1914 'ਚ ਵੀ ਜਿਸ ਵਕਤ ਉਹ ਜਹਾਜ਼ ਆਇਆ ਕਾਮਾਗਾਟਾ ਮਾਰੂ, ਤਾਂ ਉਸ ਵਕਤ ਬਹੁਤ ਦੰਗੇ ਹੋਏ ਵੈਨਕੂਵਰ ਦੇ ਵਿੱਚ। ਹਾਂਜੀ, ਉਸ ਵਕਤ ਜ਼ਿਆਦਾ ਜਿਹੜਾ ਬਿਜ਼ਨਸ ਸੀ ਉਹ ਚਾਈਨੀਜ਼ ਦੇ ਹੱਥ 'ਤੇ ਵੀ ਸੀ, ਉਹਨਾਂ ਨੇ ਉਹਨਾਂ ਦੇ ਬਿਜ਼ਨਸ ਚਲਾਤੇ, ਦੂਸਰੇ ਕਰਤੇ, ਜਿਹੜੇ ਉਹਨਾਂ ਦੇ ਪੋਸਟਰ ਸੀ ਮੈਂ ਇੱਕ ਕਿਤਾਬ ਦੇ ਵਿੱਚ ਦੇਖ ਰਿਹਾ ਸੀ, ਉਹਦੇ ਉੱਤੇ ਲਿਖਿਆ ਸੀ ਵੀ ਸਾਡੀ ਜਿਹੜੀ ਵੇਜਿਸ ਹੈ ਉਹ ਘੰਟੇ 'ਤੇ ਸਾਨੂੰ $3 ਮਿਲ ਰਹੀ ਸੀ, ਹਾਂਜੀ, ਲੇਕਿਨ ਇਹਨਾਂ ਨੇ $1 ਤੇ ਕੰਮ ਕਰਨ ਲੱਗ ਗਏ, ਤੇ ਇਹਨਾਂ ਦਾ ਜੇ 329 ਵੀ ਹੋਰ ਆ ਗਏ ਸਾਡੇ ਹੋਰ ਬੰਦੇ ਬੇਕਾਰ ਹੋ ਜਾਣਗੇ। ਪਰ ਜਿਵੇਂ ਹੁਣ ਜਿਵੇਂ ਇਹਨਾਂ ਨੇ ਗੱਲ ਕੀਤੀ ਆ, ਦੇਖੋ ਜਿਹੜਾ ਜਿਹੜੀ ਪੋਲੀਟੀਕਲ ਕਲਾਸ ਹੈਗੀ ਆ, ਜਿਵੇਂ ਪੰਜਾਬੀ ਮੂਲ ਦੇ ਜਿਹੜੇ ਹੈਗੇ ਆ 20 MP ਨੇ ਜਾਂ 4 ਮਿਨਿਸਟਰ ਨੇ, ਹਾਂਜੀ, ਪੋਲੀਟੀਕਲ ਕਲਾਸ ਜਿਹੜੀ ਹੈ ਇਸ ਚੀਜ਼ ਨੂੰ ਅੰਡਰਸਟੈਂਡ ਕਰਦੀ ਆ, ਕਿਉਂਕਿ ਗਲੋਬਲਾਈਜੇਸ਼ਨ ਹੋ ਚੁੱਕੀ ਆ, ਅਸੀਂ ਮਲਟੀਕਲਚਰਲ ਸੋਸਾਇਟੀ ਦੇ ਵਿੱਚ ਰਹਿ ਰਹੇ ਹਾਂ। ਬਿਲਕੁਲ, ਪਰ ਜਿਹੜਾ ਸਮੱਸਿਆ ਆ ਰਹੀ ਆ ਵੀ ਜਿਹੜਾ ਵਰਗ ਸੋਸਾਇਟੀ ਦਾ ਜਿਹੜਾ ਮੈਂ ਕਹਿੰਦਾ ਵੀ ਲਿਮਿਟਿੰਗ ਸਟੈਪ ਹੈਗਾ ਵੀ ਜਿਹੜਾ ਉਹ ਪੂਰੀ ਸੋਸਾਇਟੀ ਦੇ ਨਾਲ ਨਹੀਂ ਜਾ ਰਿਹਾ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ। ਦੇਖੋ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ, ਹਾਂਜੀ, ਰਾਜਨੀਤਿਕ ਜਿਹੜਾ ਹੈਗਾ, ਪੋਲੀਟੀਸ਼ੀਅਨ ਜਿਹੜਾ ਹੈਗਾ, ਉਹ ਬਹੁਤ ਬੇਰਹਿਮ ਹੈ। ਉਹ ਆਪਣਾ ਨਿਸ਼ਾਨਾ ਜਿੱਤਣ ਵਾਸਤੇ, ਹੁਣ ਇੱਥੇ ਬਹੁਤ ਸੋਹਣਾ ਸਿਸਟਮ ਸੀ ਹਿੰਦੁਸਤਾਨ ਵਾਲਾ, ਨਹੀਂ ਸੀ ਕਿ ਵੀ ਪ੍ਰੈਜੀਡੈਂਟ ਜਿਹੜਾ ਹੈਗਾ ਪਾਰਟੀ ਦਾ ਟਿਕਟਾਂ ਦਊਗਾ, ਇੱਥੇ ਅਸੀਂ ਲੋਕ ਹੀ ਟਿਕਟਾਂ ਦੇਣਗੇ, ਨੋਮੀਨੇਸ਼ਨ ਸਿਸਟਮ। ਹਾਂਜੀ, ਅਸੀਂ ਉਹਨੂੰ ਐਸਾ ਦੁਰਉਪਯੋਗ ਕੀਤਾ ਉਹਦਾ ਵੀ ਜਿੱਥੇ ਜਿੱਥੇ ਸਾਡੀ ਆਬਾਦੀ ਹੈਗੀ, ਜਿਸ ਤਰ੍ਹਾਂ ਕਿ ਮੈਂ ਐਗਜ਼ਾਮਪਲ ਦਿੰਦਾ, ਆਪਣੇ ਸਰੇ ਹੈ ਵੈਨਕੂਵਰ 'ਚ, ਇੱਥੇ ਸਾਡੀ ਮਿਲਵੁੱਡ ਹੈ, ਇਸ ਤਰ੍ਹਾਂ ਹੀ ਬ੍ਰੈਂਪਟਨ ਹੈ, ਉਹਨਾਂ ਨੇ ਕੀ ਕੀਤਾ ਉੱਥੇ ਆਪਣੀ 4-4, 5-5 ਹਜ਼ਾਰ ਵੋਟਾਂ ਕਰਕੇ ਜਿਹੜੇ ਜੈਨੂਇਨ ਕੈਂਡੀਡੇਟ ਸੀ ਉਹਨਾਂ ਨੂੰ ਨੋਮੀਨੇਸ਼ਨ 'ਚ ਹੀ ਹਰਾਤਾ, ਪਿੱਛੇ ਕਰ ਦਿੱਤਾ, ਪਿੱਛੇ ਕਰਾਤਾ। ਹਾਂਜੀ, ਇਹ ਵੀ ਕਿਤੇ ਜਾ ਕੇ ਡਿਸਕ੍ਰਿਮੀਨੇਸ਼ਨ ਦੇ ਨਾਲ ਜੁੜਦਾ ਹੈਗਾ। ਡਿਸਕ੍ਰਿਮੀਨੇਸ਼ਨ ਤਾਂ ਹੈ ਹੀ, ਮੈਂ ਤੁਹਾਨੂੰ ਅੱਗੇ ਦੱਸਦਾ, ਉਹ ਇਹ ਦੇਖਦੇ ਵੀ ਇੱਥੇ ਸਿੱਖ ਜ਼ਿਆਦਾ, ਇੱਥੇ ਹਿੰਦੂ ਜ਼ਿਆਦਾ ਇਸ ਕੋਨਸਟੀਚੁਐਂਸੀ 'ਚ, ਹੈ ਜੀ, ਅਤੇ ਉਸੇ ਕਿਸਮ ਦੇ ਉਹ ਉੱਥੇ ਕੈਂਡੀਡੇਟ ਖੜੇ ਕਰ ਦਿੰਦੇ। ਹਾਂਜੀ, ਜਿਹੜਾ ਜਿਹੜੀ ਗਲਤ ਪ੍ਰੈਕਟਿਸਿਸ ਹੈ, ਗਲਤ ਪ੍ਰੈਕਟਿਸਿਸ ਹੈ, ਜਿਸ ਕੰਟਰੀ 'ਚੋਂ ਅਸੀਂ ਆਏ ਉੱਥੋਂ ਦਾ ਸਿਸਟਮ ਨਾਲ ਲੈ ਆਏ, ਪੋਲਿਟਿਕਸ ਸਭ ਤੋਂ ਜ਼ਿਆਦਾ ਉਹ ਅਪਣਾਉਂਦੀ ਹੈ, ਕਿਉਂਕਿ ਉਸ ਤੋਂ ਬਾਅਦ ਆਨੰਦ ਹੀ ਆਨੰਦ ਹੈ। ਸਾਡੀ ਮੈਂਬਰ ਪਾਰਲੀਮੈਂਟ ਸਾਡੀ ਜ਼ਿੰਮੇਵਾਰੀ ਇਹ ਬਣ ਜਾਂਦੀ ਹੈਗੀ ਵੀ ਅਸੀਂ ਬਜਾਏ ਇਸ ਦੇਸ਼ ਦਾ ਜਿਹੜਾ ਸਿਸਟਮ ਸੀ ਸਾਡੇ ਆਉਣ ਤੋਂ ਪਹਿਲਾਂ ਬੜਾ ਚੰਗਾ ਚੱਲਦਾ ਸੀ, ਠੀਕ ਹੈ, ਕੋਈ ਦਿੱਕਤ ਨਹੀਂ ਸੀ ਇਹਨਾਂ ਲੋਕਾਂ ਨੂੰ, ਇਹਨਾਂ ਦੀ ਸੋਸਾਇਟੀ, ਇਹਨਾਂ ਦੇ ਸਮਾਜ ਦੇ ਵਿੱਚ ਸਾਰਾ ਕੁਝ ਸੀ। ਹੁਣ ਅਸੀਂ ਜਿਹੜੇ ਬਾਹਰੋਂ ਇਸ ਦੇਸ਼ ਦੇ ਵਿੱਚ ਆਏ ਹੈਗੇ, ਆਪਣੇ ਨਾਲ ਅਸੀਂ ਇੱਕ ਜਿਵੇਂ ਸਾਰੇ ਕੌਮਾਂ ਦੇ ਲੋਕ, ਸਾਰੇ ਦੇਸ਼ਾਂ ਦੇ ਲੋਕ ਆਏ ਹੈਗੇ, ਜਿਸ ਤਰ੍ਹਾਂ ਦੇ ਅਗਰ ਉਹਨਾਂ ਜਿੱਥੋਂ ਉਹ ਆਏ ਆ, ਅਗਰ ਉਹ ਦੇਸ਼ ਜਾਂ ਉੱਥੇ ਦਾ ਸਿਸਟਮ ਇੰਨਾ ਚੰਗਾ ਹੁੰਦਾ ਤਾਂ ਉਹਨਾਂ ਨੂੰ ਇੱਥੇ ਆਉਣ ਦੀ ਲੋੜ ਨਾ ਪੈਂਦੀ, ਠੀਕ ਹੈ, ਇੱਥੇ ਆ ਕੇ ਇੱਥੋਂ ਦੇ ਚੰਗੇ ਸਿਸਟਮ ਨੂੰ ਗਲਤ ਪਾਸੇ ਨੂੰ ਮੋੜ ਦੇਣਾ। ਸੋ ਤੁਸੀਂ ਕਹਿੰਦੇ ਹੋ ਵੀ ਜਿਹੜਾ ਉੱਥੋਂ ਦੀਆਂ ਮਾੜੀਆਂ ਹਰਕਤਾਂ ਸੀ ਜਾਂ ਮਾੜਾ ਪੱਖ ਸੀਗਾ, ਹਾਂਜੀ, ਉਹਨੂੰ ਐਜ਼ ਇਟ ਇਜ਼ ਇੱਥੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਐਜ਼ ਇਟ ਇਜ਼ ਬੈਗ ਐਂਡ ਬੈਗੇਜ ਨਾਲ ਲੈ, ਬੈਗ ਐਂਡ ਬੈਗੇਜ ਨਾਲ ਲੈ, ਤੇ ਜਿਹਨੂੰ ਜਿਹੜਾ ਕਲਚਰ ਦਾ ਨਾਮ ਦਿੱਤਾ ਜਾਂਦਾ, ਜਿਹਨੂੰ ਧਰਮ ਦਾ ਨਾਮ ਦਿੱਤਾ ਜਾਂਦਾ, ਜਿਹਨੂੰ ਆਪਣਾ ਵੀ ਮੇਰਾ ਵੇ ਇਜ਼ ਦੀ ਰਾਈਟ ਵੇ ਜਿਹੜਾ ਹੈਗਾ ਉਹ ਕਿਹਾ ਜਾਂਦਾ। ਦੇਖੋ, ਕਿਉਂਕਿ ਤੁਹਾਨੂੰ ਲੱਗਦਾ ਹੈਗਾ ਵੀ ਜਿਵੇਂ ਹੁਣ ਜਿੱਥੇ ਫਰਜ਼ ਕਰੋ ਵੀ ਇਮੀਗ੍ਰੈਂਟਸ ਦੀ ਜਿਹੜੀ ਪਾਪੂਲੇਸ਼ਨ ਆ ਬਹੁਤ ਜ਼ਿਆਦਾ ਰਹਿੰਦੀ ਆ, ਹਾਂਜੀ, ਨੈਚੁਰਲੀ ਆ ਉੱਥੇ ਉਹਨਾਂ ਦੇ ਧਾਰਮਿਕ ਸਥਾਨ ਵੀ ਉੱਥੇ ਹੀ ਨੇ, ਉਹਨਾਂ ਦੀਆਂ ਕਲਚਰਲ ਐਕਟੀਵਿਟੀਜ਼ ਵੀ ਉੱਥੇ ਹੀ ਨੇ,
ਕਈ ਵਾਰੀ ਇਹ ਵੀ ਤੁਹਾਨੂੰ ਲੱਗਦਾ ਹੈਗਾ ਵੀ ਜਿਹੜੀਆਂ ਸਾਡੀਆਂ ਐਕਟੀਵਿਟੀਜ਼ ਨੇ ਇਮੀਗ੍ਰੈਂਟਸ ਦੀਆਂ, ਹਾਂਜੀ, ਉਹ ਦੂਜੇ ਲੋਕਾਂ ਨੂੰ ਜਿਹੜਾ ਹੈਗਾ ਉਤਸ਼ਾਹਿਤ ਕਰਦੀਆਂ ਜਾਂ ਉਹਨਾਂ ਨੂੰ ਉਹ ਕਹਿ ਲਓ ਵੀ ਰਿਐਕਟ ਕਰਦੀਆਂ? ਬਿਲਕੁਲ ਕਰਦੀਆਂ ਜੀ, ਕਿਉਂਕਿ ਦੇਖੋ ਤੁਸੀਂ ਹਿਸਾਬ ਲਾ ਕੇ ਦੇਖੋ ਵੀ ਇਹ ਦੇਸ਼ ਕੋਈ ਧਰਮ ਦੇ ਨਾਂ ਤੇ ਨਹੀਂ ਬਣਿਆ ਹੋਇਆ, ਠੀਕ ਹੈ, ਸੈਕੂਲਰ ਸਟੇਟ ਹੈ, ਸੰਵਿਧਾਨ ਜਿਹੜਾ ਹੈਗਾ ਧਰਮ ਦੇ ਉੱਤੇ ਬੇਸ ਨਹੀਂ ਹੈਗਾ, ਇਸ ਕਰਕੇ ਹਰ ਧਰਮ ਨੂੰ ਆਪਣਾ ਜਿਹੜਾ ਹੈਗਾ ਤਰੀਕਾ ਤੌਰ ਤਰੀਕਾ ਮੰਨਣਾ, ਕੈਰੀ ਆਨ ਕਰਨਾ, ਕਰੀ ਜਾਓ, ਠੀਕ ਹੈ, ਪਰ ਤੁਹਾਨੂੰ ਮਤਲਬ ਵੀ ਇਸ ਤਰ੍ਹਾਂ ਨਹੀਂ ਵੀ ਕਿਸੇ ਹੋਰਾਂ ਦੇ ਉੱਤੇ ਆਪਣੇ ਧਰਮ ਨੂੰ ਇੰਪੋਜ਼ ਕਰਨਾ ਹੈਗਾ। ਤੁਸੀਂ ਆਪਣੇ ਰਿਚੁਅਲ ਵੀ ਆਪਣੇ ਨਗਰ ਕੀਰਤਨ ਜਾਂ ਕੁਛ ਵੀ ਤੁਸੀਂ ਕਰਨਾ ਹੈਗਾ, ਰੱਥ ਯਾਤਰਾ ਜਿਵੇਂ ਕੱਢਦੇ ਆ, ਰੱਥ ਯਾਤਰਾ ਤੁਸੀਂ ਆਪਣੇ ਧਾਰਮਿਕ ਸਥਾਨਾਂ ਦੇ ਅੰਦਰ ਕਰੀ ਜਾਓ, ਠੀਕ ਹੈ, ਔਰ ਜਦੋਂ ਪਬਲਿਕਲੀ ਉਹਨੂੰ ਪਬਲਿਕਲੀ ਜਦੋਂ ਡਿਸਪਲੇ ਕਰਦੇ ਤਾਂ ਕੀ ਸੁਨੇਹਾ ਦਿੰਦੇ ਤੁਸੀਂ ਉਹ? ਬਿਲਕੁਲ ਬਿਲਕੁਲ, ਤੇ ਇਹ ਮਤਲਬ ਹੋਰ ਤਾਂ ਹੋਰ ਵੀ ਆਪਣੇ ਜਿਹੜੇ ਜਿਹੜੇ ਸਰਕਾਰੀ ਅਦਾਰੇ ਹੈਗੇ, ਸੰਸਥਾਵਾਂ ਹੈ, ਚਾਹੇ ਉਹ ਪਾਰਲੀਮੈਂਟ ਹੈ, ਚਾਹੇ ਵਿਧਾਨ ਸਭਾ, ਉੱਥੇ ਵੀ ਜਦੋਂ ਆਪਣੀਆਂ ਜਦੋਂ ਰਿਲੀਜੀਅਸ ਆਪਣੇ ਰਿਚੁਅਲਸ ਅਤੇ ਸੈਰੇਮੋਨੀਆਂ ਕਰਨੀਆਂ ਸ਼ੁਰੂ ਕਰ ਦਿੰਦੇ, ਉਹ ਕੋਈ ਚੰਗਾ ਨਹੀਂ ਹੈਗਾ, ਉਹ ਇੱਥੇ ਦੇ ਸਿਸਟਮ ਨੂੰ ਆਪਾਂ ਸਟਰੋਂਗ ਨਹੀਂ ਕਰਦੇ, ਸਗੋਂ ਵੀਕ ਕਰਦੇ ਵੀਕ ਕਰਦੇ ਹੈਗੇ, ਕਿਉਂਕਿ ਸਟੇਟ ਦੀ ਜਿਹੜੀ 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 ਉਹਦੀ ਸੈਕੂਲਰਿਟੀ ਹੈਗੀ ਆ, ਉਹਨੂੰ ਜਿਹੜਾ ਹੈਗਾ ਅਸੀਂ ਢਾਲ ਆਉਂਦੇ ਹੈਗੇ ਹਾਂ। ਪੋਲੀਟੀਸ਼ੀਅਨ ਜਾਣਦਾ, ਹਾਂਜੀ, ਇੱਕ ਘੰਟੇ ਵਾਸਤੇ ਤੁਹਾਡਾ ਫੰਕਸ਼ਨ ਲੈਜਿਸਲੇਚਰ ਦੇ ਅੰਦਰ ਕਰਕੇ, ਹਾਂਜੀ, ਤੁਹਾਡੀ ਵਿਸਾਖੀ, ਤੁਹਾਡੀ ਦੀਵਾਲੀ, ਤੁਹਾਡੇ ਕੋਈ ਹੋਰ ਜਨਮ ਦਿਨ ਉੱਥੇ ਮਨਾ ਕੇ ਉਹ ਤੁਹਾਨੂੰ ਵਿਨ ਕਰਨਾ ਚਾਹੁੰਦਾ, ਤੁਹਾਡਾ ਇੱਕ ਵੋਟ ਬੈਂਕ ਕ੍ਰੀਏਟ ਕਰ ਰਿਹਾ ਉਹ, ਠੀਕ ਹੈ ਜੀ। ਅਤੇ ਸਾਡੇ 'ਚੋਂ ਵੀ ਜਿਹੜੇ ਇਸ ਫਰੰਟ 'ਤੇ ਕੰਮ ਕਰਦੇ ਹਾਂ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹਦੇ ਵਿੱਚ ਸਹਿਯੋਗ ਦੇ ਕੇ ਅਸੀਂ ਅੱਗੇ ਵੱਧ ਸਕਦੇ ਹਾਂ। ਵਧਣਾ ਚਾਹੀਦਾ ਹੈ ਇੱਕ ਕ੍ਰੀਏਟਿਵ ਪਲੇਟਫਾਰਮ ਨੂੰ ਲੈ ਕੇ, ਲੋਕਾਂ ਦੀ ਮੰਗਾਂ ਨੂੰ ਲੈ ਕੇ, ਲੋਕਾਂ ਦੀ ਬਿਹਤਰੀ ਨੂੰ ਲੈ ਕੇ। ਇੱਕ ਤਰ੍ਹਾਂ ਤਾਂ ਇੰਨੀਆਂ ਫੀਸਾਂ ਵੱਧ ਰਹੀਆਂ, ਦੂਸਰਾ ਸਾਰਾ ਕੁਛ ਹੋ ਰਿਹਾ, ਉਹਦੀ ਕੋਈ ਚਿੰਤਾ ਨਹੀਂ ਕਰ ਰਿਹਾ। ਅਸਲੀ ਮੁੱਦੇ ਫੰਕਸ਼ਨਾਂ ਦੇ ਉੱਤੇ ਤੁਸੀਂ 60-70 ਹਜ਼ਾਰ ਡਾਲਰ ਲਾ ਰਹੇ ਹਾਂ। ਜੇ ਤੁਹਾਨੂੰ ਆਪਣੀ ਕਮਿਊਨਿਟੀ ਦੀ ਜ਼ਿਆਦਾ ਹੀ ਚਿੰਤਾ ਹੈ, ਜਿਹੜੇ ਬੱਚੇ ਬਹੁਤ ਅੱਛਾ ਪੜ੍ਹ ਰਹੇ ਹਾਂ ਉਹਨਾਂ ਦੀ ਫੀਸਾਂ ਤੁਸੀਂ ਪੇ ਕਰਦੇ ਹੋ? ਧਰਮ ਤੁਹਾਡਾ ਆਪਣਾ ਹੈਗਾ, ਤੁਹਾਡਾ ਪਰਸਨਲ ਜੱਦੀ ਮਾਮਲਾ ਹੈਗਾ, ਠੀਕ ਹੈ, ਉਹਨੂੰ ਤੁਸੀਂ ਪਰਸਨਲ ਬਿਲੀਫ ਦੇ ਤੌਰ ਦੇ ਉੱਤੇ ਰੱਖੋ। ਜਿਹੜੇ ਤੁਹਾਡੇ ਧਾਰਮਿਕ ਸਥਾਨ ਬਣੇ ਹੋਏ ਆ ਉਹਨਾਂ ਦੇ ਵਿੱਚ ਜੋ ਮਰਜ਼ੀ ਕਰੀ ਜਾਓ, ਕੋਈ ਤੁਹਾਡੇ ਹਰ ਇਸ ਦੇਸ਼ ਦਾ ਕਾਨੂੰਨ ਉਹ 'ਚ ਦਖਲ ਨਹੀਂ ਦੇ ਰਿਹਾ। ਜਦੋਂ ਤੁਸੀਂ ਕਾਨੂੰਨੀ ਤੌਰ 'ਤੇ ਮਲਟੀਕਲਚਰਲਿਜ਼ਮ ਦਾ ਇੱਕ ਉਹਨਾਂ ਨੇ ਇਮੇਜ ਤੁਹਾਡੇ ਅੱਗੇ ਰੱਖਤਾ। ਕਾਲੀਆ ਸਾਹਿਬ, ਇਸ ਕਰਕੇ ਜਿਹੜਾ ਮਤਲਬ ਪੁਆਇੰਟ ਅਸਲੀ ਇਹ ਹੈਗਾ ਵੀ ਤੁਸੀਂ ਆਪਣਾ ਧਰਮ ਹੈਗਾ ਉਹਨੂੰ ਸਿਆਸਤ ਤੋਂ ਬਾਹਰ ਰੱਖੋ। ਸਿਆਸੀ ਲੀਡਰਾਂ ਦੇ ਅੱਗੇ ਬੇਨਤੀ ਹੈਗੀ ਵੀ ਉਹ ਧਾਰਮਿਕ ਕੰਮਾਂ ਦੇ ਵਿੱਚ ਘੱਟ ਹੀ ਦਖਲ ਦੇਣ, ਕਿਉਂਕਿ ਉਹ ਫਿਰ ਇਸ ਦੇਸ਼ ਦੇ ਜਿਹੜੇ ਚੰਗੇ ਤਰੀਕੇ ਹੈਗੇ ਉਹਨਾਂ ਨੂੰ ਬੜਾਵਾ ਨਹੀਂ ਦੇ ਰਿਹਾ, ਉਹ ਗਲਤ ਪਾਸੇ ਨੂੰ ਲੈ ਕੇ ਜਾ ਰਿਹਾ। ਅਤੇ ਹੋਰ ਤੁਸੀਂ ਕੁਛ ਕਹਿਣਾ ਚਾਹੋਗੇ? ਅਤੇ ਬਸ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਨਸਲਵਾਦ ਹੈ ਇਹ ਤੁਹਾਡੀ ਆ ਡੇ ਟੂ ਡੇ ਜਿਹੜੀ ਤੁਹਾਡੇ ਰਿਚੁਅਲਸ ਹੈ, ਤੁਹਾਡੇ ਆਪਸ 'ਚ ਵਿਵਹਾਰ ਹੈ, ਇਹਨਾਂ 'ਚੋਂ ਹੀ ਉਪਜਦਾ। ਲੇਕਿਨ ਇਸ ਸਾਰੇ ਦੇ ਵਿੱਚ ਇੱਕ ਬਹੁਤ ਅੱਛੀ ਗੱਲ ਵੀ ਲੱਗੀ ਕਿ ਅਲਬਰਟਾ ਦੀ ਇਸ ਐਡਮਿੰਟਨ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ ਉਹ 'ਚ ਜਿਸ ਵਕਤ ਉਹਨਾਂ ਨੇ ਪਗੜੀ ਦੇ ਉੱਤੇ ਆਏ ਇਸ ਕਿਸਮ ਦੀ ਗੱਲਾਂ ਉਛਾਲੀਆਂ ਅਤੇ ਲਿਖਿਆ ਕਿ ਇੱਥੇ ਅਸੀਂ ਯੂਰੋਪੀਅਨ ਕਲਚਰ ਨੂੰ ਰਿਵਾਈਵ ਕਰਨਾ ਚਾਹੁੰਦੇ ਹਾਂ, ਤੁਸੀਂ ਜੇ ਆਪਣੀ ਕਲਚਰ ਰਿਵਾਈਵ ਕਰਨੀ ਹੈ ਤਾਂ ਆਪਣੇ ਦੇਸ਼ 'ਚ ਵਾਪਸ ਚਲ ਜਾਓ। ਉਸ ਤੋਂ ਬਾਅਦ ਇੱਥੇ ਦੇ ਲੋਕਾਂ ਨੇ ਮਿਲ ਕੇ ਇਹ ਦੱਸਣਾ ਚਾਹਿਆ ਵੀ ਅਸੀਂ ਪਗੜੀ ਨੂੰ ਆਨਰ ਕਿਉਂ ਦਿੰਦੇ। ਬਿਲਕੁਲ, ਸੋ ਸਾਨੂੰ ਪੋਜ਼ਿਟਿਵ ਹੋਣਾ ਚਾਹੀਦਾ। ਜਿੱਥੇ ਇੱਕ ਪਾਸੇ ਅਸੀਂ ਕੁਛ ਗਲਤ ਰਿਚੁਅਲਸ ਕਰਦੇ ਹਾਂ ਜਿਹਦੀ ਵਜ੍ਹਾ ਨਾਲ ਜਿਹੜੀ ਮੇਨ ਸਟ੍ਰੀਮ ਆ ਉਹ ਇਰੀਟੇਟ ਹੁੰਦੀ ਹੈ, ਦੂਸਰੇ ਪਾਸੇ ਇਹੋ ਜਿਹੀ ਅੱਛੀ ਐਗਜ਼ਾਮਪਲਸ ਵੀ ਹੈ ਜਿਹਦੀ ਸਰਾਹਨਾ ਕਰਨੀ ਚਾਹੀਦੀ। ਸੋ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਮਠਾੜੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀਗਾ ਕਿ ਜਿਹੜਾ ਰੇਸਿਜ਼ਮ ਹੈ ਇਹਦੀ ਇੱਕ ਬਹੁਤ ਵੱਡੀ ਸਮੱਸਿਆ, ਇਹ ਸ਼ੁਰੂ ਤੋਂ ਚੱਲਦਾ ਆ ਰਿਹਾ, ਪਰ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਬਣਦਾ ਕਿ ਅਸੀਂ ਇਸ ਰੇਸਿਜ਼ ਨੂੰ ਕਿੱਦਾਂ ਠੱਲ ਪਾ ਸਕਦੇ ਹਾਂ। ਅੱਜ ਦਾ ਜਿਹੜਾ ਸਮਾਜ ਹੈਗਾ ਬੜਾ ਗਲੋਬਲਾਈਜ਼ ਸਮਾਜ ਹੈਗਾ, ਬੜਾ ਮਲਟੀਕਲਚਰਲ ਸਮਾਜ ਹੈਗਾ, ਸੋ ਇਸ ਸਮਾਜ ਜਿਹੜਾ ਕੈਨੇਡਾ ਦੇ ਵਿੱਚ ਅਸੀਂ ਜਿਉਂਦਾ ਰੱਖਣਾ ਅਤੇ ਇਹ 'ਤੇ ਪਹਿਰਾ ਦੇਣਾ ਹੈਗਾ। ਅਤੇ ਜਿੰਦਾਬਾਦ, ਥੈਂਕ ਯੂ।